ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਮੁੱਖ ਮੰਤਰੀ ਭਗਵੰਤ ਮਾਨ ਦਾ ਰਹਿਸ਼ੀ ਟਿਕਾਣਾ ਬਦਲਣ ਜਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਹੁਣ ਤੁਹਾਨੂੰ ਜਲੰਧਰ 'ਚ ਮਿਲਿਆ ਕਰਨਗੇ। ਨਹੀਂ ਜੀ, ਰੋਡ ਸ਼ੋਅ ਕਰਦੇ ਹੀ ਨਹੀਂ, ਚੋਣ ਰੈਲੀਆਂ ਕਰਦੇ ਹੀ ਨਹੀਂ, ਚੋਣ ਮੀਟਿੰਗਾਂ ਕਰਦੇ ਹੀ ਨਹੀਂ, ਜਲੰਧਰ ਪੱਛਮੀ 'ਚ ਵੋਟਾਂ ਮੰਗਦੇ ਨਹੀਂ, ਘਰ ਵੀ ਉੱਥੇ ਲੈ ਲਿਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣਾ ਰਹਿਣ ਬਸੇਰਾ ਹੁਣ ਜਲੰਧਰ 'ਚ ਤਬਦੀਲ ਕਰ ਲਿਆ। ਜਲੰਧਰ ਕੈਂਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਕਿਰਾਏ ਦਾ ਮਕਾਨ ਫਾਈਨਲ ਕਰ ਲਿਆ ਗਿਆ। ਜਲੰਧਰ ਕੈਂਟ ਪ੍ਰਗਟ ਸਿੰਘ ਹੋਰਾਂ ਦਾ ਹਲਕਾ ਪੈਂਦਾ ਅਤੇ ਜਲੰਧਰ 'ਚੋਂ ਰਹਿ ਕੇ ਹੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਲੰਧਰ ਪੱਛਮੀ ਦੀ ਚੋਣ ਲਈ ਕੰਮ ਕਰਨਗੇ। ਮੁੱਖ ਮੰਤਰੀ ਦਾ ਕੰਮ ਸਿਰਫ ਚੋਣਾਂ ਲੜਾਉਣਾ, ਚੋਣਾਂ ਜਿੱਤਣਾ ਹੀ ਹੈ, ਪੂਰਾ ਜ਼ੋਰ ਲਾਉਣਾ ਅਗਲੇ ਨੇ, ਕਿਉਂਕਿ ਸਾਖ ਦਾ ਸਵਾਲ ਬਣ ਗਿਆ। ਮਿਸ਼ਨ 13-0 ਫੇਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਪਤਾ ਕਿ ਇਹ ਤੋਂ ਅੱਗੇ ਪੰਚਾਇਤੀ ਚੋਣਾਂ ਵੀ ਪਈਆਂ, ਇਹ ਤੋਂ ਅੱਗੇ ਨਗਰ ਨਿਗਮ ਚੋਣਾਂ ਵੀ ਪਈਆਂ, ਇਹ ਤੋਂ ਅੱਗੇ ਹੁਣੇ ਹਾਲ ਹੀ ਦੇ ਵਿੱਚ ਹੀ 6 ਮਹੀਨਿਆਂ ਦੇ ਦਰਮਿਆਨ ਹੀ 4 ਹੋਰ ਜ਼ਮੀਨੀ ਚੋਣਾਂ ਆ ਜਾਣੀਆਂ ਅਤੇ ਉਹ ਤੋਂ ਫਿਰ 2027 ਵੀ ਦੂਰ ਨਹੀਂ ਹੈ। ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ ਆਹ ਮੋੜਾ ਕੱਟਣਾ ਬਹੁਤ ਜ਼ਰੂਰੀ ਹੈ। ਸਰਕਾਰ ਬਣਦੇ ਹੀ ਸੰਗਰੂਰ ਹਾਰੇ ਸੀ, ਸੰਗਰੂਰ ਵਾਲਾ ਘਾਟਾ ਜਲੰਧਰ ਆ ਕੇ ਪੂਰਾ ਕੀਤਾ, ਪਰ ਅਗਲੀ ਵਾਰ ਉਹ ਉਮੀਦਵਾਰੇ ਭੱਜ ਗਿਆ। ਆਮ ਚੋਣਾਂ ਦੇ ਵਿੱਚ ਸੰਗਰੂਰ ਵਾਲਾ ਘਾਟਾ ਪੂਰਾ ਕੀਤਾ, ਪਰ ਓਵਰਆਲ ਸਥਿਤੀ ਮਾੜੀ ਆ ਗਈ, ਵੋਟ ਫੀਸਦੀ ਵੀ ਘੱਟ ਗਈ ਪਿਛਲੀ ਵਿਧਾਨ ਸਭਾ ਨਾਲੋਂ, ਅਤੇ ਲੋਕ ਸਭਾ ਦੇ ਵਾਲਿਆਂ ਨੂੰ ਸੀਟਾਂ 3 ਆਈਆਂ। ਬੇਸ਼ੱਕ ਪਿੱਠ ਥਪਾਉਣ ਲਈ ਹੈਗਾ ਕਿ ਪਿਛਲੀ ਵਾਰ 1-3 ਨੇ, ਪਰ ਸੱਚਾਈ ਸਾਰਿਆਂ ਨੂੰ ਪਤਾ ਕਿ 2 ਸਾਲਾਂ 'ਚ ਗ੍ਰਾਫ 42-43 ਤੋਂ 26 'ਤੇ ਆਇਆ। ਸੋ ਇਸ ਲਈ ਹੁਣ ਕਿ ਕੋਈ ਵੀ ਨੁਕਤਾ ਛੱਡਣਾ ਨਹੀਂ ਚਾਹੁੰਦੇ। ਤੁਹਾਡੇ ਧਿਆਨ 'ਚ ਹੋਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਲਗਾਤਾਰ ਕਰ ਰਹੇ ਨੇ ਸਮੀਖਿਆ ਬੈਠਕਾਂ। ਸਮੀਖਿਆ ਬੈਠਕਾਂ ਦੇ ਦੌਰਾਨ ਕਾਫ਼ੀ ਕੁਝ ਚਰਚਾ ਆਈ, ਉਹਦੇ ਵਿੱਚ ਬਹਿਸਤਾ ਸਰਕਾਰੀ ਇਸ਼ਤਿਹਾਰਾਂ ਦਾ ਪਹਿਲੂ ਵੀ ਆਇਆ, ਦਫ਼ਤਰਾਂ ਕਚਹਿਰੀਆਂ ਦੇ ਵਿੱਚ ਰਿਸ਼ਵਤਖੋਰੀ ਦਾ ਮਸਲਾ ਵੀ ਆਇਆ, ਉਹੀ ਰੇਤ ਮਾਫੀਆ, ਸ਼ਰਾਬ ਮਾਫੀਆ, ਹੈਂ ਉਹੀ ਨਸ਼ਾ ਮਾਫੀਆ, ਡਰੱਗ ਮਾਫੀਆ, ਉਹ ਸਾਰੇ ਪਹਿਲੂ ਵੀ ਆਏ, ਹੈ ਨਾ। ਅਤੇ ਇਹ ਸਭ ਦੇ ਦਰਮਿਆਨ ਕਹਿੰਦੇ ਵੱਡਾ ਮਸਲਾ ਆਇਆ ਜੀ ਕਿ ਲੀਡਰ ਲੋਕਾਂ ਦੇ ਰਾਬਤੇ 'ਚ ਨਹੀਂ ਹੈਗੇ, ਲੀਡਰ ਫੋਨ ਨਹੀਂ ਚੱਕਦੇ, ਅਤੇ ਲੀਡਰ ਵਰਕਰ ਆਮ ਆਦਮੀ ਪਾਰਟੀ ਦੇ ਆਪਣੇ ਵਰਕਰ ਵੀ ਜੇ ਦਫ਼ਤਰਾਂ 'ਚ ਕੰਮ ਕਰਾਉਣ ਜਾਂਦੇ ਅਫਸਰ ਕੰਮ ਨਹੀਂ ਕਰਦੇ, ਅਤੇ ਜੇ ਅਫਸਰ ਕੰਮ ਕਰਨ ਲਈ ਗੱਲ ਸੁਣ ਲੈਣ ਤਾਂ ਸੁਣ ਕੇ ਵੀ ਕੰਮ ਨਹੀਂ ਕਰਦੇ। ਸੋ ਇਸ ਲਈ ਕਹਿੰਦੇ ਜੀ ਫਿਰ ਆਮ ਲੋਕਾਂ ਦੇ ਕੰਮ ਕਿੱਥੇ ਹੋਣਗੇ। ਅਤੇ ਮੁੱਖ ਮੰਤਰੀ ਹੋਰਾਂ ਨੇ ਜਦੋਂ ਸਮੁੱਚੀ ਸਮੀਖਿਆ ਬੈਠਕ 'ਚੋਂ ਗੱਲ ਨਿਕਲੀ, ਕਹਿੰਦੇ ਭਗਵੰਤ ਮਾਨ ਉਹਨਾਂ ਨੇ ਤੈਅ ਕਰ ਲਿਆ ਕਿ ਲਓ ਫਿਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ CM ਦਫ਼ਤਰ ਖੋਲ੍ਹ ਦਿਉ, ਹਰ ਜ਼ਿਲ੍ਹੇ 'ਚ CM ਹਾਊਸ ਬਣਾਓ, ਮੈਂ ISPCS ਅਫਸਰ ਲਾ ਦੂੰਗਾ ਉੱਥੇ ਪੱਕੇ, ਹਰ ਹਫ਼ਤੇ ਮੈਂ ਰਿਪੋਰਟ ਲਿਆ ਕਰੂੰਗਾ, ਮੇਰੇ ਤਾਲਮੇਲ 'ਚ ਰਹਿਣਗੇ, ਜਿਹੜਾ ਵੀ ਬੰਦਾ ਆਵੇ ਸਿੱਧਾ ਉਹਨਾਂ ਕੋਲ ਆਵੇ, ਉਹ ਆਪਣੇ ਆਪ ਦੱਸਣਗੇ ਕੰਮ ਕਿੱਥੇ ਹੋਣਾ, ਕਿਵੇਂ ਹੋਣਾ, ਤੁਰੰਤ ਕਰਵਾ ਕੇ ਦੇਣਗੇ, ਸਮਾਂ ਹੱਦ ਤੈਅ ਹੋਊਗੀ। ਹੁਣ ਉਸ ਕੜੀ 'ਚੋਂ ਅਗਲਾ ਕਦਮ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਲੰਧਰ ਪੱਛਮੀ ਦੀ ਚੋਣ ਜਿੱਤਣ ਦੇ ਲਈ ਜਲੰਧਰ ਕੈਂਟ ਦੇ ਵਿੱਚ ਕਿਰਾਏ ਦਾ ਮਕਾਨ ਲਿਆ। ਵੈਸੇ ਤੋਂ ਪਹਿਲਾਂ ਜਾਂਦੇ ਸੀ ਪੰਜਾਬ ਦੇ ਵਿੱਚ ਰੋਡ ਸ਼ੋਅ ਕਰਨ, ਰੈਲੀਆਂ ਕਰਨ, ਪ੍ਰਚਾਰ ਕਰਨ, ਕੇਜਰੀਵਾਲ ਵੀ ਆਉਂਦੇ ਸੀ, ਤਦ ਫਿਰ ਆਮ ਆਦਮੀ ਪਾਰਟੀ ਦੇ ਇਹ ਲੀਡਰ ਵੱਡੇ ਵੱਡੇ ਹੋਟਲਾਂ 'ਚ ਮਹਿੰਗੇ ਮਹਿੰਗੇ ਕਮਰੇ ਵਾਲੇ ਹੋਟਲਾਂ 'ਚ ਰਹਿੰਦੇ ਸੀ। ਸੋ ਇਸ ਲਈ ਕਹਿੰਦੇ ਕਿ ਉਹ ਰਵਾਇਤ ਤੋੜਤੀ, ਮੁੱਖ ਮੰਤਰੀ ਸਾਹਿਬ ਨੇ ਘਰ ਲੈ ਲਿਆ। ਹਾਂ, ਨਾਲ ਹੀ ਘਰ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਆ ਕਿ ਭਾਈ ਇਹ ਘਰ ਪੂਰਾ ਪਰਿਵਾਰਕ ਘਰ ਹੈ, ਇਕੱਲੇ ਮੁੱਖ ਮੰਤਰੀ ਸਾਹਿਬ ਇੱਥੇ ਤਬਦੀਲ ਨਹੀਂ ਹੋ ਰਹੇ, ਇਕੱਲੇ ਵੋਟਾਂ ਦੇ ਲਈ ਜਲੰਧਰ ਪੱਛਮੀ ਦੀ ਚੋਣਾਂ ਲਈ ਦਿਖਾਵਾ ਨਹੀਂ ਗਾ। ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ, ਧੀ ਸਣੇ ਅਤੇ ਭੈਣ ਮਨਪ੍ਰੀਤ ਕੌਰ, ਫਿਰ ਮਾਤਾ ਵੀ ਆਉਂਦੇ ਜਾਂਦੇ ਰਹਿਣਗੇ। ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਇਹ ਸਿਰਫ ਜਲੰਧਰ ਪੱਛਮੀ ਦੀ 10 ਜੁਲਾਈ ਦੀ ਪੈਣ ਵਾਲੀਆਂ ਵੋਟਾਂ ਤੱਕ ਲਈ ਜਲੰਧਰ ਨਹੀਂ ਆ ਰਿਹਾ, ਇਹ ਮੇਰਾ ਪੱਕਾ ਘਰ ਬਣ ਗਿਆ, ਹਫ਼ਤੇ 'ਚ 3 ਦਿਨ ਇੱਥੇ ਹੀ ਰਿਹਾ ਕਰੂੰਗਾ, ਦੁਆਬੇ ਦੇ ਮਸਲੇ, ਮਾਝੇ ਦੇ ਮਸਲੇ ਇੱਥੋਂ ਬੈਠ ਕੇ ਹੀ ਦੇਖੂੰਗਾ, ਜਿਹਨੇ ਮਿਲਣਾ ਮੈਨੂੰ ਆ ਕੇ ਮਿਲ ਸਕਦਾ, ਹਫ਼ਤੇ 'ਚ 3 ਦਿਨ ਮੈਂ ਹੁਣ ਇਸ ਘਰ 'ਚ ਰਹੂੰਗਾ।
ਸੋ ਇਸ ਲਈ ਚੋਣ ਜਿੱਤਣ ਦੇ ਲਈ ਇੱਕ ਨਵੇਕਲੇ ਫਾਰਮੂਲੇ 'ਤੇ ਕੰਮ ਕੀਤਾ। ਦੇਖਦੇ ਹਾਂ ਇਹ ਉਸੇ ਤੀਰ ਚਲਾਉਣ ਵਰਗਾ ਕੋਈ ਸਾਬਤ ਹੁੰਦਾ ਜਾਂ ਸੱਚਮੁੱਚ ਤੀਰ ਨਿਸ਼ਾਨੇ 'ਤੇ ਵੱਜਦਾ। ਪਰ ਇਹ ਕੋਸ਼ਿਸ਼ ਸ਼ੁਰੂ ਹੋ ਗਈ ਹੈ ਜਨਾਬ ਦੀ, ਅਤੇ ਇੱਧਰ ਦਾਅਵੇਦਾਰੀਆਂ ਵੀ ਸ਼ੁਰੂ ਹੋ ਗਈਆਂ। ਕਹਿੰਦੇ ਆਮ ਆਦਮੀ ਵੈਸੇ ਅੱਜ ਤੋਂ ਨਾਮਜ਼ਦਗੀਆਂ ਸ਼ੁਰੂ ਨੇ, ਅਤੇ 21 ਤਰੀਕ ਤੱਕ, 21 ਜੂਨ ਤੱਕ ਨਾਮਜ਼ਦਗੀਆਂ ਨੇ, 10 ਜੁਲਾਈ ਨੂੰ ਵੋਟਾਂ ਨੇ, 13 ਜੁਲਾਈ ਨੂੰ ਨਤੀਜੇ ਨੇ। ਸੋ ਇੱਧਰੋਂ ਕਹਿੰਦੇ ਭਗਤ ਚੁੰਨੀ ਲਾਲ ਹੋਰੀ ਜਿਹੜੇ ਭਾਜਪਾ ਦੇ ਵਿੱਚ ਹੈ, ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ ਭਾਜਪਾ ਵਾਲੇ ਪਾਸਿਓਂ, ਉਹ ਅੱਜ ਕੱਲ੍ਹ ਆਮ ਆਦਮੀ ਪਾਰਟੀ 'ਚ ਨੇ, ਹਲਕਾ ਇੰਚਾਰਜ ਵੀ ਨੇ, ਹੈ ਨਾ। ਅਤੇ ਉਹ ਕਹਿੰਦੇ ਕਿ ਉੱਥੋਂ ਉਹਨਾਂ ਦਾ ਮੁੰਡਾ ਦਾਅਵੇਦਾਰ ਹੈ ਨਾ, ਮਹਿੰਦਰ ਭਗਤ, ਉਹ ਕਹਿੰਦੇ ਟਿਕਟ ਦਾ ਦਾਅਵੇਦਾਰ ਹੈ। ਵੈਸੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਉੱਥੋਂ ਅੰਮ੍ਰਿਤਪਾਲ ਸਿੰਘ, ਕਹਿੰਦੇ ਉਹ ਵੀ ਦਾਅਵੇਦਾਰ ਨੇ। ਆਮ ਆਦਮੀ ਪਾਰਟੀ ਲਈ ਸ਼ਾਖਤਾ ਸਵਾਲ ਜਲੰਧਰ ਪੱਛਮੀ ਇਸ ਲਈ ਬਣੀ ਆ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਥੋਂ 3 ਨੰਬਰ 'ਤੇ ਆਇਆ। ਇਹ ਸੁਸ਼ੀਲ ਰਿੰਕੂ ਦਾ ਵੀ ਹਲਕਾ ਇਹੀ ਹੈ, ਸ਼ੀਤਲ ਉਗਰਾਲ ਦਾ ਹਲਕਾ ਵੀ ਇਹੀ ਹੈ, ਦੋਵੇਂ ਭਾਜਪਾ 'ਚ ਨੇ। ਅਤੇ ਪਰ ਉਹਦੇ ਬਾਵਜੂਦ ਵੀ ਭਾਜਪਾ ਵੀ ਇੱਥੇ 2 ਨੰਬਰ 'ਤੇ ਆਈ ਸੀ। ਭਾਜਪਾ ਦੇ ਉਮੀਦਵਾਰ ਨੂੰ ਪਈਆਂ ਸੀ 44,000 ਵੋਟਾਂ, ਕਾਂਗਰਸੀ ਚਰਨਜੀਤ ਚੰਨੀ ਨੂੰ ਪਈਆਂ ਸੀ 44,000 ਵੋਟਾਂ ਪਈਆਂ ਸੀ ਚਰਨਜੀਤ ਚੰਨੀ ਹੋਰਾਂ ਨੂੰ, 42,000 ਵੋਟਾਂ ਪਈਆਂ ਸੀ ਆਮ ਆਦਮੀ ਪਾਰਟੀ ਨੂੰ। ਅਤੇ ਨਹੀਂ ਉਲਟ ਹੋ ਰਿਹਾ, ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਸੀ 15,000, ਭਾਜਪਾ ਨੂੰ ਵੋਟਾਂ ਪਈਆਂ ਸੀ 42,000, ਕਾਂਗਰਸ ਨੂੰ ਵੋਟਾਂ ਪਈਆਂ ਸੀ 44,000। ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ 'ਚੋਂ 44,394 ਵੋਟ ਲੈ ਕੇ ਜਾਂਦੇ ਨੇ। ਭਾਰਤੀ ਜਨਤਾ ਪਾਰਟੀ ਦੇ ਸੁਸ਼ੀਲ ਰਿੰਕੂ ਇਸੇ ਹਲਕੇ ਦੇ ਵਿੱਚੋਂ 42,827 ਵੋਟ ਲੈ ਕੇ ਜਾਂਦੇ ਨੇ। ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਪਵਨ ਟਿੰਨੂ ਇੱਥੋਂ 15,629 ਵੋਟ ਲੈ ਕੇ ਜਾਂਦਾ। ਸੋ ਲਗਭਗ ਚਰਨਜੀਤ ਚੰਨੀ ਨਾਲੋਂ 27,765 ਵੋਟਾਂ ਘੱਟ ਨੇ। ਸੋ ਆਹ 27,765 ਵੋਟਾਂ ਵਾਲਾ ਪਾੜਾ ਵੀ ਪੂਰਾ ਕਰਨਾ, ਅਤੇ ਫਿਰ ਵੱਧ ਵੋਟਾਂ ਵੀ ਲੈਣੀਆਂ। ਇਸ ਟਾਸਕ ਨੂੰ ਪੂਰਾ ਕਰਨ ਲਈ ਭਗਵੰਤ ਮਾਨ ਨੇ ਹੁਣ ਜਲੰਧਰ ਪੱਛਮੀ 'ਚ ਡੇਰੇ ਲਾਉਣ ਦੇ ਹਵਾਲੇ ਨਾਲ ਜਲੰਧਰ ਕੈਂਟ ਦੇ ਵਿੱਚ ਮਕਾਨ ਕਿਰਾਏ 'ਤੇ ਲੈ ਲਿਆ ਜੀ। ਸੋ ਦੇਖਦੇ ਹਾਂ ਇਸ ਨੂੰ ਕਿਵੇਂ ਜਿੱਤ 'ਚ ਬਦਲਦੇ ਆ। ਇੱਧਰ ਕਹਿੰਦੇ ਕਿ ਟਾਸਕ ਤਾਂ ਰਵਨੀਤ ਬਿੱਟੂ ਨੂੰ ਵੀ ਨਵਾਂ ਮਿਲ ਗਿਆ। ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਦਮ 'ਤੇ ਇਸ ਵਾਰ ਸਰਕਾਰ ਨਹੀਂ ਬਣਾ ਸਕੀ, ਭਾਜਪਾ ਨੂੰ ਇਸ ਵਾਰ ਜਿਹੜਾ ਖੋਰਾ ਲੱਗਿਆ ਕਿ ਹਾਂ ਸਾਡੀ NDA ਦੀ ਸਰਕਾਰ ਤਾਂ ਆ ਗਈ ਪਰ ਸਾਡੇ ਕੋਲ ਸਪਸ਼ਟ ਬਹੁਮਤ ਨਹੀਂ, 3 ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤਾਂ ਬਣ ਗਏ ਪਰ ਭਾਜਪਾ ਆਪ 272 ਦਾ ਅੰਕੜਾ ਨਹੀਂ ਛੂ ਸਕੀ। ਸੋ ਉਸ ਹਵਾਲੇ ਨਾਲ ਕਿ 240 'ਤੇ ਆ ਕੇ ਪੇਚ ਫਸਿਆ, ਕਹਿੰਦੇ ਜੀ ਭਾਜਪਾ ਨੇ ਟਾਰਗੇਟ ਰੱਖਿਆ, ਨਰਿੰਦਰ ਮੋਦੀ ਦੀ ਟੀਮ ਨੇ ਟਾਰਗੇਟ ਰੱਖਿਆ ਕਿ ਅਗਲੇ 5 ਤੋਂ 6 ਮਹੀਨਿਆਂ 'ਚ ਆਪਾਂ 240 ਨੂੰ 272 'ਚ ਬਦਲਣਾ। ਪਤਾ ਨਹੀਂ ਕੱਲ੍ਹ ਨੂੰ TDP ਕਦ ਸਾਥ ਛੱਡ ਜਾਵੇ, ਪਤਾ ਨਹੀਂ JDU ਕਦ ਅੱਖਾਂ ਦਿਖਾ ਦੇਵੇ, ਆ ਬਾਕੀ ਦਲਾਂ 'ਚੋਂ ਕਿਹੜਾ ਕੋਈ ਵਿਗੜ ਜਾਵੇ। ਇਸ ਲਈ ਆਪਾਂ ਆਪਣਾ ਘਰ ਪੂਰਾ ਕਰੋ, ਅਤੇ ਫਿਰ ਇਹਦੇ ਲਈ ਕਰਨਾ ਕੀ ਪਊਗਾ? ਕਹਿੰਦੇ ਜੀ 3 ਤਰੀਕੇ ਨੇ। ਇੱਕ ਤਰੀਕਾ ਤਾਂ ਇਹ ਆ ਕਿ NDA ਦੇ ਵਿੱਚ ਜਿਹੜੇ ਨਾਲ ਸਹਿਯੋਗੀ ਦਲ ਨੇ, ਕੋਈ 1 ਸੀਟ ਵਾਲਾ, ਕੋਈ 2 ਸੀਟ ਵਾਲਾ, ਕੋਈ 5 ਸੀਟ ਵਾਲਾ, ਇਹਨਾਂ ਨੂੰ ਪੱਕਾ ਹੀ ਆਪਣੇ ਨਾਲ ਰਲਾਓ, ਇਹਨਾਂ 'ਚੋਂ ਕਿੰਨੇ ਕੁ ਟੁੱਟਦੇ ਨੇ ਕਿੰਨੇ ਕੁ ਨਹੀਂ ਦੇਖਣ ਲਈ। ਕਹਿੰਦੇ ਦੂਜਾ ਤਰੀਕਾ ਇਹ ਆ ਕਿ ਜਿਹੜੇ ਅਦਰਸ ਨੇ 15 ਨੇ, ਜਿਨ੍ਹਾਂ 'ਚ 7 ਆਜ਼ਾਦ ਨੇ ਅਤੇ ਬਾਕੀ 1-2 ਹੋਰ ਪਾਰਟੀਆਂ ਵਾਲੇ ਨੇ, ਉਹਨਾਂ ਨੂੰ ਕਹਿੰਦੇ ਲਿਆਓ ਜੀ। ਕਿਉਂਕਿ ਜਦੋਂ ਛੋਟੀ ਪਾਰਟੀ ਨੂੰ ਤੁਸੀਂ ਤੋੜਦੇ ਹੋ ਤਾਂ ਤੁਹਾਡੇ 'ਤੇ ਦਲ ਬਦਲੂ ਦਾ ਮਸਲਾ ਇਹ ਨਹੀਂ ਗਾ। ਜੇ 2 ਨੇ 1 ਤੋੜ ਲਿਆ ਤਾਂ ਵੀ 50% ਹੋ ਗਏ, 2/3 ਜੇ ਤੋੜਨੇ ਹੋਣ ਫਿਰ ਤੁਹਾਡੇ 'ਤੇ ਦਲ ਬਦਲੂ ਨਹੀਂ ਲੱਗਦਾ, 2/3 ਤੋਂ ਘੱਟ ਦੇ ਉੱਤੇ ਮਸਲਾ ਆਉਂਦਾ। ਸੋ ਇਸ ਲਈ ਕਹਿੰਦੇ ਜੀ ਆਹ ਫਾਰਮੂਲਾ ਅਪਣਾਉਣਾ ਪੈਣਾ। ਅਤੇ ਤੀਜਾ ਫਾਰਮੂਲਾ ਹੈਗਾ ਕਿ ਇੰਡੀਆ ਗੱਠਜੋੜ ਦੇ ਵਿੱਚੋਂ ਕੋਈ ਸਹਿਯੋਗੀ ਦਲ ਤੋੜ ਲਓ, ਕਿਉਂਕਿ ਜੇ ਬੜੇ ਦਲ 'ਚੋਂ ਤੋੜਨੇ ਆ ਤਾਂ ਫਿਰ ਉੱਥੇ ਮਸਲਾ ਖੜ੍ਹਾ ਹੁੰਦਾ ਕਿ ਜੇ ਹੁਣ ਮੰਨ ਲਓ TMC ਦੇ, ਤ੍ਰਿਣਮੂਲ ਕਾਂਗਰਸ ਦੇ, ਵੈਸੇ ਉਹ ਕਹਿੰਦੀ ਹੈ ਕਿ ਸਾਡੇ ਕੋਲ ਭਾਜਪਾ ਦੇ ਸੰਪਰਕ 'ਚ ਨੇ, ਪਰ ਭਾਜਪਾ ਦੇ ਸੰਪਰਕ ਵਾਲੇ ਕੀ ਇਹ ਇੰਨੀ ਛੇਤੀ
ਸੰਸਦ ਮੈਂਬਰੀ ਛੱਡ ਕੇ ਦੁਬਾਰਾ ਚੋਣ ਲੜਨ ਲਈ ਤਿਆਰ ਹੋਣਗੇ, ਕਿਉਂਕਿ ਦੋ ਤਿਹਾਈ ਤਾਂ ਬੀਬੀ ਤੋੜਨ ਤੋਂ ਰਹੀ। ਸੋ ਪਰ ਇਸੇ ਤਰ੍ਹਾਂ ਫਿਰ ਇਹਨਾਂ ਦਲਾਂ ਦੇ ਨੇ, ਚਾਹੇ ਟੀ ਐਮ ਸੀ ਹੈ, ਚਾਹੇ ਕਾਂਗਰਸ ਹੈ, ਹੈ ਜਾਂ ਸਮਾਜਵਾਦੀ ਪਾਰਟੀ ਹੈ, ਜੇ ਇਹਨਾਂ ਦੇ ਤੋੜਦੇ ਨੇ ਤਾਂ ਫਿਰ ਦੋ ਤਿਹਾਈ ਤੋੜੋ ਜਾਂ ਤਾਂ, ਨਹੀਂ ਫਿਰ ਦੁਬਾਰਾ ਚੋਣ ਕਰਾਓ। ਪਰ ਕਹਿੰਦੇ ਜੀ ਭਾਜਪਾ ਇਸ ਫਾਰਮੂਲੇ 'ਤੇ ਕੰਮ ਕਰ ਰਹੀ ਆ ਕਿ ਚੋਣ ਨਹੀਂ ਦੁਬਾਰਾ ਕਰਾਉਣੀ, ਆਪਾਂ ਇੱਕ ਇੱਕ ਦੋ ਦੋ ਵਾਲਿਆਂ ਨੂੰ ਸਾਰਿਆਂ ਨੂੰ ਤੋੜੋ। ਆਜ਼ਾਦ ਸੱਤਾਂ ਦੇ ਵਿੱਚੋਂ ਦੋ ਤਾਂ ਕਾਂਗਰਸ ਦੇ ਸਿੱਧੇ ਸੰਪਰਕ 'ਚ ਨੇ, ਕਦੇ ਵੀ ਸ਼ਾਮਿਲ ਹੋ ਸਕਦੇ ਆ। 3 ਤੋਂ 4 ਕਹਿੰਦੇ ਭਾਜਪਾ ਦੇ ਸੰਪਰਕ 'ਚ ਨੇ, ਕਦੇ ਵੀ ਸ਼ਾਮਿਲ ਹੋ ਸਕਦੇ। ਸੋ ਇੱਥੇ ਫਿਰ ਦੁਬਾਰਾ ਚੋਣ ਕਰਾਉਣ ਦੀ ਲੋੜ ਨਹੀਂ। ਪਰ ਅਵਨੀਤ ਬਿੱਟੂ ਨੂੰ ਰੇਲ ਰਾਜ ਮੰਤਰੀ ਦਾ ਅਹੁਦਾ ਮਿਲਿਆ ਅਤੇ ਕੰਮ ਮਿਲ ਗਿਆ ਕਿ ਭਾਜਪਾ ਵਾਲੇ ਇਸ ਰੇਲ ਦੇ ਡੱਬੇ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਸੰਸਦ ਮੈਂਬਰਾਂ ਨੂੰ ਚੜਾ ਲਿਓ। ਕੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ 3 ਸੰਸਦ ਮੈਂਬਰ ਰਵਨੀਤ ਬਿੱਟੂ ਵਾਲੇ ਡੱਬੇ 'ਚ ਸਵਾਰ ਹੋ ਕੇ ਭਾਜਪਾ ਦੇ ਘਰੇ ਪਹੁੰਚ ਸਕਦੇ ਨੇ? 3 ਸੰਸਦ ਮੈਂਬਰ ਨੇ, ਜੇ 3 ਚਲੇ ਗਏ ਤਾਂ ਵੀ ਦਲ ਬਦਲੂਆ ਮਸਲਾ ਨਹੀਂ, ਜੇ 3 ਚੋਂ 2 ਵੀ ਚਲੇ ਗਏ ਤਾਂ ਵੀ ਦਲ ਬਦਲੂਆ ਮਸਲਾ ਨਹੀਂ। 2/3, 3 × 2 6, 6 ਨੂੰ 3 ਨਾਲ ਵੰਡਿਆ 2, ਮਤਲਬ 2 ਜਾਣ ਦੇ ਉੱਤੇ ਕੋਈ ਮਸਲਾ ਨਹੀਂ। ਵੈਸਾ ਪੰਜਾਬ 'ਚ ਕਾਂਗਰਸ ਦੇ ਵੀ 7 ਨੇ, ਜੇ 7 'ਚੋਂ 5 ਚਲੇ ਜਾਣ ਫਿਰ 2/3 ਵਾਲਾ ਮਸਲਾ ਬਣਦਾ ਕਿ ਨਹੀਂ ਬਣਦਾ, ਇਹ ਵੀ ਚਰਚਾ ਕਿ ਹਾਂ ਪੰਜਾਬ ਸੂਬੇ ਤੋਂ। ਪਰ ਕਾਂਗਰਸ ਦੇ ਓਵਰਆਲ ਜਿੰਨੇ ਹੈਗੇ ਨੇ ਉਹ ਵੀ ਹਵਾਲਾ ਹੈ। ਚਲੋ, ਇੱਥੇ ਕਹਿੰਦੇ ਜੀ 3 'ਚੋਂ ਪੂਰੇ ਦੇਸ਼ 'ਚੋਂ ਆਮ ਆਦਮੀ ਪਾਰਟੀ ਦੇ 3 ਸੀਟਾਂ ਆਈਆਂ ਨੇ ਅਤੇ 3 'ਚੋਂ ਜੇ 2 ਤੋੜ ਲਈ ਤਾਂ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਰਵਨੀਤ ਬਿੱਟੂ ਨੂੰ ਕਹਿੰਦੇ ਟਾਸਕ ਮਿਲਿਆ। ਵੈਸੇ ਭਾਜਪਾ ਇਸ ਦੇ ਉੱਤੇ ਤਾਂ ਕੰਮੇ ਕਰ ਰਹੀ ਹੈ ਕਿ ਅਗਲੇ 5-6 ਮਹੀਨਿਆਂ 'ਚ ਅਸੀਂ ਆਪਣੀਆਂ 240 ਨੂੰ 272 'ਚ ਬਦਲੀਏ, ਇਹਦੀ ਜਾਣਕਾਰੀ ਵੀ ਮੈਨੂੰ ਮਿਲ ਰਹੀ ਸੀ। ਪਰ ਰਵਨੀਤ ਬਿੱਟੂ ਵਾਲੇ ਟਾਸਕ ਵਾਲੀ ਜਾਣਕਾਰੀ ਤਾਂ ਮੈਨੂੰ ਹਰਜਿੰਦਰ ਸਿੰਘ ਲਾਲ ਹੋਰਾਂ ਦੇ ਆਰਟੀਕਲ ਤੋਂ ਪਤਾ ਲੱਗੀ। ਹਰਜਿੰਦਰ ਸਿੰਘ ਲਾਲ ਹੋਰੀ ਜਦੋਂ ਲਿਖਦੇ ਨੇ ਇਹ ਗੱਲ ਤਾਂ ਉਹ ਮੋਹਰ ਲੱਗਦੀ ਹੈ ਇਸ ਗੱਲ 'ਤੇ ਕਿ ਭਾਜਪਾ ਇਹ ਟਾਸਕ 'ਤੇ ਕੰਮ ਕਰ ਰਹੀ ਹੈ। ਰਜਿੰਦਰ ਸਿੰਘ ਲਾਲ ਕਹਿੰਦੇ ਕਿ ਰਵਨੀਤ ਬਿੱਟੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਕਿ ਉਹ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ 3 ਲੋਕ ਸਭਾ ਮੈਂਬਰਾਂ ਵਿੱਚੋਂ 2 ਜਾਂ 3 ਨੂੰ ਹੀ ਭਾਜਪਾ 'ਚ ਨਾਲ ਲਿਆਉਣ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਹ ਸੰਭਵ ਹੈ। ਜੇ ਇਸ ਪਹਿਲੂ 'ਤੇ ਬਾਤ ਕਰਨਾ ਤਾਂ ਭਾਜਪਾ ਜਿਹੜੇ ਕੰਮ 'ਤੇ ਕੰਮ ਕਰ ਰਹੀ ਆ ਉਹ ਇਸ ਲਈ ਉਹਨਾਂ ਨੂੰ ਲੱਗਦਾ ਕਿ ਬਿੱਟੂ ਇਹ ਕੰਮ ਕਰ ਸਕਦੇ ਨੇ, ਕਿਉਂਕਿ ਜਿਹੜੇ 3 ਸੰਸਦ ਮੈਂਬਰ ਜਿੱਤੇ ਨੇ ਉਹਨਾਂ 'ਚੋਂ ਇੱਕ ਤਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਮੀਥੇਅਰ, 1 ਵਾਰ MLA, 2 ਵਾਰ MLA, 3 ਵਾਰ ਫਿਰ MP ਅਤੇ ਇਸ ਵਿਚਾਲੇ ਭਗਵੰਤ ਮਾਨ ਦੀ ਕੈਬਨਿਟ 'ਚ ਮੰਤਰੀ ਵੀ ਕਹਿੰਦੇ ਕਿ ਉਹਦਾ ਤੋੜਨਾ ਅਜੇ ਸੰਭਵ ਨਹੀਂ ਲੱਗਦਾ ਕਿ ਉਹ ਟੁੱਟਣਗੇ। ਫਿਰ ਜਿਹੜੇ ਦੂਜੇ 2 ਨੇ ਉਹਨਾਂ 'ਚੋਂ ਰਾਜ ਕੁਮਾਰ ਚੱਬੇਵਾਲ ਦਾ ਪਿਛੋਕੜ ਕਾਂਗਰਸ ਹੈ ਅਤੇ ਦਲ ਬਦਲ ਕੇ ਆਮ ਆਦਮੀ ਪਾਰਟੀ 'ਚ ਗਏ ਨੇ। ਸੋ ਕਾਂਗਰਸ ਦੇ ਪਿਛੋਕੜ ਵਾਲੇ ਨਾਲ ਕਹਿੰਦੇ ਰਵਨੀਤ ਬਿੱਟੂ ਦਾ ਰਾਬਤਾ ਹੈਗਾ, ਅਤੇ ਜੇ ਹੁਣ ਆਮ ਆਦਮੀ ਪਾਰਟੀ 'ਚ ਦਲ ਬਦਲ ਕੇ ਜਾ ਸਕਦੇ ਕਹਿੰਦੇ ਭਾਜਪਾ 'ਚ ਵੀ ਆ ਸਕਦੇ। ਦੂਸਰੇ ਮਾਲਵਿੰਦਰ ਕੰਗ ਹੋਰੀ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਬਣਦੇ ਨੇ, ਮੁੱਖ ਪ੍ਰਚਾਰਕ ਬਣਦੇ ਨੇ, ਮੁੱਖ ਬੁਲਾਰੇ ਬਣਦੇ ਨੇ ਅਤੇ ਟਿਕਟ ਲੈਂਦੇ ਨੇ ਅਤੇ ਅਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ। ਵਿਦਿਆਰਥੀ ਯੂਨੀਅਨਾਂ 'ਚ ਕੰਮ ਕਰਦੇ, ਯੂਨੀਵਰਸਿਟੀ ਪੱਧਰ ਦੇ ਉੱਤੇ ਰਾਜਨੀਤੀ ਕਰਕੇ ਉੱਭਰਿਆ ਮਾਲਵਿੰਦਰ ਕੰਗ, ਕਿਸੇ ਸਮੇਂ ਕਿਸਾਨ ਵਿੰਗ ਦੇ ਵਿੱਚ ਭਾਜਪਾ 'ਚ ਸੀ। ਸੋ ਕਹਿੰਦੇ ਕਿ ਭਾਜਪਾ ਨਾਲ ਪੁਰਾਣਾ ਨਾਤਾ ਉਸ ਨੂੰ ਮੁੜ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਰਵਨੀਤ ਬਿੱਟੂ ਇਸ ਟਾਸਕ 'ਚ ਕਿੰਨਾ ਕਾਮਯਾਬ ਹੁੰਦੇ ਨੇ ਦੇਖਣ ਵਾਲੀ ਗੱਲ। ਪਰ ਕਹਿੰਦੇ ਉਹਨਾਂ ਨੂੰ ਕੰਮ ਮਿਲ ਗਿਆ ਜੀ ਕਿ ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰਾਂ 'ਚੋਂ ਜੇ 2 ਵੀ ਤੋੜ ਲਿਆ ਤਾਂ ਵੀ ਚੰਗੀ ਗੱਲ। ਚਲੋ, ਇੱਧਰ ਕਹਿੰਦੇ ਜੀ ਰਾਮ ਰਹੀਮ ਫਰਲੋ ਮੰਗੀ ਜਾਂਦਾ। ਰਾਮ ਰਹੀਮ ਫਿਰ ਹਾਈਕੋਰਟ ਪਹੁੰਚਿਆ ਕਿ ਜਰਾ ਮੈਨੂੰ ਫਰਲੋ ਚਾਹੀਦੀ ਹੈ, ਸਾਡਾ ਸਮਾਗਮ ਹੈ। ਅਤੇ ਮਾਣਯੋਗ ਪੰਜਾਬੀ ਨੂੰ ਹਾਈਕੋਰਟ ਕਹਿੰਦੀ ਆਹ ਕਿਹੜਾ ਕੰਮ ਹੈ ਕਿ ਪਹਿਲਾਂ ਪ੍ਰੋਗਰਾਮ ਰੱਖ ਲਓ ਫਿਰ ਉਸ ਪ੍ਰੋਗਰਾਮ ਦੇ ਨਾਂ ਦੇ ਉੱਤੇ ਫਰਲੋ ਲੈਣਾ ਜੋ, ਹੈਂ ਪੈਰੋਲ ਲੈਣਾ ਜੋ, ਕਹਿੰਦੇ ਇੱਦਾਂ ਨਹੀਂ ਹੁੰਦਾ। ਅਗਲੀ ਸੁਣਵਾਈ ਹੋਊਗੀ ਉਹਦੇ ਪਰ ਦੇਖਾਂਗੇ, ਹੈ ਨਾ, ਤੁਸੀਂ ਤੁਹਾਡੀ ਐਪਲੀਕੇਸ਼ਨ ਆ ਗਈ, ਪ੍ਰੋਗਰਾਮ ਆਪਣਾ ਰੱਦ ਕਰੋ, ਮੁਲਤਵੀ ਕਰੋ, ਇੱਦਾਂ ਨਹੀਂ। ਬਿਲਕੁਲ ਜੀ,
ਰਾਮ ਰਹੀਮ ਹੋਰਾਂ ਨੇ, ਗੁਰਮੀਤ ਸਿੰਘ ਰਾਮ ਰਹੀਮ ਹੋਰਾਂ ਨੇ ਦੁਬਾਰਾ ਹਾਈਕੋਰਟ ਦਾ ਰੁੱਖ ਕੀਤਾ ਅਤੇ 21 ਦਿਨਾਂ ਦੀ ਪੈਰੋਲ ਮੰਗੀ ਹੈ। ਵੈਸੇ ਤਾਂ ਉਹਨਾਂ ਨੇ ਆਮ ਚੋਣਾਂ, ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਪੈਰੋਲ ਮੰਗੀ ਸੀ ਪਰ ਨਹੀਂ ਮਿਲੀ, ਕਿਉਂਕਿ SGPC ਜਦੋਂ ਇਸ ਮਸਲੇ ਦਾ ਵਿਰੋਧ ਕਰਦੀ ਹੈ ਕਿ ਨਿੱਤ ਦਿਨ ਪੈਰੋਲ, ਅਤੇ ਉਹ ਤੋਂ ਬਾਅਦ ਫਿਰ ਅਦਾਲਤ ਇਸ ਰੁੱਖ 'ਤੇ ਹਰਿਆਣਾ ਸਰਕਾਰ ਨੂੰ ਕਟਹਿਰ 'ਚ ਲੈਂਦੀ ਹੈ ਅਤੇ ਸਖਤੀ ਨਾਲ ਸਵਾਲ ਜਵਾਬ ਹੁੰਦਾ ਅਤੇ ਇਹ ਰੁਕਦਾ ਹੈਗਾ, ਨਹੀਂ ਤਾਂ ਮਿਲੀ ਜਾਂਦੀ ਸੀ ਪੈਰੋਲ। ਪਰ ਤੁਸੀਂ ਹਿਸਾਬ ਲਾਓ ਕਿ ਲਗਭਗ 200 ਦਿਨਾਂ ਦੀ ਪੈਰੋਲ ਹੁਣ ਤੱਕ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਿਲ ਚੁੱਕੀ ਆ। ਲਗਭਗ 9 ਵਾਰ ਫਰਲੋ ਜਾਂ ਪੈਰੋਲ ਲੈ ਕੇ, ਔਰ ਕਿਹੜੀ ਚੋਣ ਹੈ, ਚਾਹੇ ਉਹ ਆਮ ਚੋਣ ਹੋਵੇ, ਚਾਹੇ ਉਹ ਲੋਕ ਸਭਾ ਚੋਣ ਹੋਵੇ, ਚਾਹੇ ਉਹ ਵਿਧਾਨ ਸਭਾ ਚੋਣ ਹੋਵੇ, ਚਾਹੇ ਹਰਿਆਣੇ ਦੀ ਹੋਵੇ, ਚਾਹੇ ਉਹ ਪੰਜਾਬ ਦੀ ਹੋਵੇ, ਚਾਹੇ ਰਾਜਸਥਾਨ ਦੀ ਹੋਵੇ, ਡੇਰਾ ਮੁਖੀ ਬਾਹਰ। ਹੈਲੋ, ਹੁਣ ਤਾਂ ਵੈਸੇ ਉਹ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਵੀ CBI ਅਦਾਲਤ ਦੇ ਫੈਸਲੇ ਨੂੰ ਪਲਟਦਿਆਂ ਹੋਇਆਂ ਉਹਨੂੰ ਬਰੀ ਕਰ ਦਿੱਤਾ ਗਿਆ, ਹੈ ਨਾ। ਉਹ ਵੀ ਇੱਕ ਪਹਿਲੂ ਹੈਗਾ, ਕਿਉਂਕਿ 2-4 ਉਮਰ ਕੈਦ ਹੈਗੀ, ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ ਨਹੀਂ, ਪਰ ਆ ਫਰਲੋ ਵਾਲਾ ਤਰੀਕਾ ਤਾਂ ਬਹੁਤ ਲੰਬਾ। 24 ਅਕਤੂਬਰ 2020 ਨੂੰ ਇੱਕ ਦਿਨ ਦੀ ਫਰਲੋ, 21 ਮਈ 2021 ਨੂੰ ਇੱਕ ਦਿਨ ਦੀ ਫਰਲੋ, 7 ਫਰਵਰੀ 2022 21 ਦਿਨਾਂ ਦੀ ਫਰਲੋ, ਜੂਨ 2022 1 ਮਹੀਨੇ ਦੀ ਫਰਲੋ, ਅਕਤੂਬਰ 2022 40 ਦਿਨਾਂ ਦੀ ਫਰਲੋ, ਹੈਂ 21 ਜਨਵਰੀ 2023 40 ਦਿਨਾਂ ਦੀ ਫਰਲੋ, 20 ਜੁਲਾਈ 2023 30 ਦਿਨਾਂ ਦੀ ਫਰਲੋ, ਨਵੰਬਰ 2023 29 ਦਿਨਾਂ ਦੀ ਫਰਲੋ, 19 ਜਨਵਰੀ 2024 50 ਦਿਨਾਂ ਦੀ ਪੈਰੋਲ। ਹਿਸਾਬ ਲਾ ਲਓ, ਅਕਤੂਬਰ 2020 ਦੇ ਵਿੱਚ, ਸੰਨ 2020 ਦੇ ਵਿੱਚ ਇੱਕ ਦਿਨ ਦੀ ਮਿਲਦੀ ਆ, ਸੰਨ 2021 ਦੇ ਵਿੱਚ ਵੀ ਇੱਕ ਦਿਨ ਦੀ ਮਿਲਦੀ ਆ, ਉਹ ਤੋਂ ਬਾਅਦ ਬਸ ਫਿਰ ਝਾਕਾ ਖੁੱਲ੍ਹ ਗਿਆ। 2020 ਦੇ ਵਿੱਚ 21 ਦਿਨਾਂ ਦੀ ਮਿਲੀ, 2022 ਦੇ ਵਿੱਚ 21 ਦਿਨਾਂ ਦੀ ਮਿਲੀ, 2022 ਦੇ ਵਿੱਚ ਫਿਰ 1 ਮਹੀਨੇ ਦੀ ਮਿਲੀ, 2022 ਦੇ ਵਿੱਚ ਫਿਰ 40 ਦਿਨਾਂ ਦੀ ਮਿਲੀ, 2023 ਦੇ ਵਿੱਚ 40 ਦਿਨਾਂ ਦੀ ਮਿਲੀ, 2023 ਦੇ ਵਿੱਚ ਫਿਰ 30 ਦਿਨਾਂ ਦੀ ਮਿਲੀ, 2023 ਦੇ ਵਿੱਚ ਫਿਰ 29 ਦਿਨਾਂ ਦੀ ਮਿਲੀ, ਅਤੇ 2024 ਚੜ੍ਹਦੇ ਫਿਰ 50 ਦਿਨਾਂ ਦੀ ਮਿਲੀ। ਇਹ ਤੋਂ ਬਾਅਦ ਫਿਰ ਜਾ ਕੇ ਰੋਕ ਲੱਗੀ, ਅਤੇ ਹੁਣ ਚੋਣਾਂ ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ, ਹੁਣ ਚੋਣਾਂ ਤੋਂ ਬਾਅਦ ਵੀ ਕੋਸ਼ਿਸ਼ ਆ। ਦੇਖਦੇ ਹਾਂ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਫਰਲੋ ਮਿਲਦੀ ਆ ਜਾਂ ਨਹੀਂ, ਪਰ ਫਿਲਹਾਲ ਅਦਾਲਤ ਨੇ ਕਿਹਾ ਕਿ ਐਂ ਨਹੀਂ ਕਿ ਪ੍ਰੋਗਰਾਮ ਰੱਖ ਕੇ ਫਿਰ ਫਰਲੋ ਲੈਣ ਆ ਜਾਂਦੇ ਹੋ, ਆਪਣਾ ਪ੍ਰੋਗਰਾਮ ਮੁਲਤਵੀ ਕਰੋ ਜਾਂ ਰੱਦ ਕਰੋ, ਪਰ ਡੇਰਾ ਮੁਖੀ 21 ਦਿਨਾਂ ਦੀ ਫਰਲੋ ਪਾਲਦਾ ਜਨਾਬ। ਤੁਸੀਂ ਵੇਖਦੇ ਰਹੋ ਲਿਬਰਲ TV, ਲੋਕਾਂ ਦੀ ਆਵਾਜ਼ ਲੋਕਾਂ ਦੇ।